ਗੁਰਦਾਸਪੁਰ ਦੇ ਪਿੰਡ ਚੌੜੇ ਵਿੱਚ ਖੂਹ ਚੋਂ ਇੱਟਾਂ ਕੱਢ ਰਹੇ ਦੋ ਮਜ਼ਦੂਰ ਮਿੱਟੀ ਖਿਸਕਣ ਦੇ ਕਾਰਨ ਜਿੰਦਾ ਖੂਹ ਵਿੱਚ ਦਫ਼ਨ ਹੋ ਗਏ ਨੇ। ਘਟਨਾ ਤੋਂ ਬਾਅਦ ਮਜ਼ਦੂਰਾਂ ਨੂੰ ਖੂਹ ਚੋਂ ਕੱਢਣ ਦੇ ਲਈ JCB ਮਸ਼ੀਨਾਂ ਲਿਆਂਦੀਆਂ ਗਈਆਂ। ਇਸ ਦੌਰਾਨ ਖੂਹ ਵਿੱਚੋਂ ਮਜ਼ਦੂਰਾਂ ਦੀ ਭਾਲ ਕੀਤੀ ਜਾ ਰਹੀ ਹੈ। JCB ਮਸ਼ੀਨ ਦੇ ਨਾਲ ਇੱਕ ਮਜ਼ਦੂਰ ਦੀ ਮੌਤ ਵੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ JCB ਮਸ਼ੀਨ ਦੇ ਨਾਲ ਇੱਕ ਮਜ਼ਦੂਰ ਦਾ ਸਿਰ ਧੜ ਤੋਂ ਵੱਖ ਹੋ ਗਿਆ। ਇੱਥੇ ਬਾਗ 'ਚ ਡੱਕਦੇ, ਬਾਗ 'ਚ ਕਹੀਂ ਨਾ ਪਾ ਦਿਓ।